ਬਾਈਬਲ ਕਾਲਾ ਜਿਹੜਾ ਕੇਸ ਰਜਿਸਟਰ ਹੋਇਆ ਜੀ ਜੀ ਉਹਦੇ ਸੰਬੰਧ ਵਿੱਚ ਮੈਨੂੰ ਕੋਈ ਮੈਨੂੰ ਇਨਫੋਰਮੇਸ਼ਨ ਮੰਗ ਰਹੇ ਸੀ ਜੀ ਜੀ ਮੈਂ ਆਫੀਸਰਸ ਨੂੰ ਆਈ ਗੱਲ ਕਹੀ ਹੈ ਕਿ ਪਿਛਲੇ 7 ਸਾਲ ਜਿਹੜਾ ਇੰਨੀ ਦੁੱਖਦਾਈ ਘਟਨਾ ਹੋਈ ਬੇਅਦਬੀ ਦੀ ਪਿਛਲੇ 7 ਸਾਲ ਜਿਹੜੀਆਂ ਸਰਕਾਰਾਂ ਆਈਆਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਇਹਨਾਂ ਦਾ ਨਿਸ਼ਾਨਾ ਦੁਸ਼ਮਣ ਨੂੰ ਜਿਹੜੇ ਦੋਸ਼ੀਆਂ ਨੂੰ ਫੜਨਾ ਨਹੀਂ ਇਹਨਾਂ ਦਾ ਨਿਸ਼ਾਨਾ ਇਕੱਲਾ ਪੋਲਿਟਿਕਸ ਕਰਨਾ ਸਿਆਸਤ ਕਰਨਾ ਕਵਰ ਵਿਜੇ ਪ੍ਰਤਾਪ 5 ਸਾਲ ਉਹਨੇ ਕੁਛ ਨਹੀਂ ਕੀਤਾ ਇਕੱਲੀ ਸਿਆਸਤ ਖੇਡੀ ਆਨਰੇਬਲ ਹਾਈ ਕੋਰਟ ਨੇ ਬੜੇ ਸਖਤ ਲਫ਼ਜ਼ਾਂ ਨਾਲ ਕਿਹਾ ਆਪਣੇ ਫਾਈਂਡਿੰਗ ਦਿੱਤੀਆਂ ਕਵਰ ਵਿਜੇ ਖਿਲਾਫ਼ ਦੇ ਖਿਲਾਫ਼ ਇਨਵੈਸਟੀਗੇਸ਼ਨ ਰੱਦ ਕੀਤੀ ਮੈਂ ਇਹਨਾਂ ਨੂੰ ਆਹੀ ਕਿਹਾ ਜਿਹੜੇ ਅਫਸਰ ਸਾਹਿਬਾਨ ਜਿਹੜੇ ਆਏ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਮਰਜ਼ੀ ਕਿਸੇ ਵੀ ਲੀਡਰ ਨੂੰ ਮੈਨੂੰ ਕਿਤੇ ਵੀ ਬੁਲਾ ਲੈਣ ਇਨਫੋਰਮੇਸ਼ਨ ਜੋ ਸਾਡੇ ਕੋਲ ਅਸੀਂ ਦੇਣ ਨੂੰ ਤਿਆਰ ਹਾਂ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਹਾਂ ਪਰ ਮੇਰਾ ਇੱਕੋ ਇੱਕ ਬੇਨਤੀ ਹੈ ਕਿ ਇਹਦੇ 'ਚ ਪੋਲੀਟਿਕਸ ਨਹੀਂ ਹੋਣੀ ਚਾਹੀਦੀ ਸਾਰਾ ਪੰਜਾਬ ਚਾਹੁੰਦਾ ਕਿ ਦੋਸ਼ੀ ਫੜੇ ਜਾਣ ਪਰ ਅਫਸੋਸ ਕਿ ਇੱਥੇ ਦੋਸ਼ੀ ਫੜਨ ਦੀ ਬਜਾਏ ਪੋਲੀਟੀਕਲ ਗੇਮਸ ਹੋ ਰਹੀਆਂ ਜਿਹੜੀਆਂ ਨਹੀਂ ਹੋਣੀ ਚਾਹੀਦੀਆਂ ਸੁਖਵੀਰ ਜੀ ਪਹਿਲਾਂ ਵੀ ਤੁਹਾਨੂੰ SIT ਨੇ ਇਸ ਤਰ੍ਹਾਂ ਬੁਲਾਇਆ ਸੀਗਾ ਪੁੱਛਗਿੱਛ ਪਹਿਲਾਂ ਹੋਈ ਸੀ ਹੁਣ ਦੁਬਾਰਾ ਬੁਲਾਇਆ ਗਿਆ ਕਾਰਨ ਕੀ ਮੰਨਦੇ ਹੋ ਮੈਂ ਉਹੀ ਕਹਿ ਰਿਹਾ ਜਦੋਂ ਵੀ ਅਸੀਂ ਕਿਸੇ ਵੀ ਸਰਕਾਰ ਦੇ ਖਿਲਾਫ ਕੋਈ ਅਸੀਂ ਸ਼ੁਰੂ ਕਰਦੇ ਹਾਂ ਸੰਘਰਸ਼ ਹੁਣ ਆਮ ਆਦਮੀ ਪਾਰਟੀ ਨੇ ਪਿਛਲੇ 6 ਮਹੀਨੇ 'ਚ ਕੁਛ ਨਹੀਂ ਕੀਤਾ ਕਰਨਾ ਕੀ ਸੀ ਲੋਕ ਦੁਖੀ ਹੋਏ ਪਏ ਹੈ ਆਪਣਾ ਮੁੱਦੇ ਨੂੰ ਡਾਇਵਰਟ ਕਰਨ ਵਾਸਤੇ ਉਹਨਾਂ ਨੇ ਜਾਣ ਕੇ ਮੈਨੂੰ ਸਮਨ ਕਰਾਇਆ ਸਵਾਲ ਜਵਾਬ ਪੁਰਾਣੇ ਸੀ ਜਾਂ ਨਵੇਂ ਵੀ ਕੁਝ ਕੀਤੇ ਗਏ ਜੀ ਇਸ ਵਾਰ ਕੋਈ ਸਾਰੇ ਜਵਾਬ ਸਵਾਲ ਉਹਨਾਂ ਨੂੰ ਪਤਾ ਹੀ ਹੈ ਔਰ ਜਿਹੜੀ ਰਿਪੋਰਟ ਹੈ ਸਾਰੇ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ ਇਹਨਾਂ ਦਾ ਇੰਟਰਸਟ ਜਿਹੜੀ ਗਵਰਨਮੈਂਟ ਦਾ ਦੋਸ਼ੀ ਫੜਨਾ ਨਹੀਂ ਮੈਂ ਤੁਹਾਡੇ ਰਾਹੀਂ ਫਿਰ ਤੋਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਸਿੱਟ ਦੇ ਮੈਂਬਰਾਂ ਨੂੰ ਵੀ ਅਤੇ ਸਾਰੇ ਪੰਜਾਬੀਆਂ ਦੀ ਭਾਵਨਾ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਹੈ ਪੰਜਾਬੀ ਦੋਸ਼ੀਆਂ ਨੂੰ ਫੜਨਾ ਚਾਹੁੰਦੇ ਹੈ ਸਿਆਸਤ ਨਹੀਂ ਕਰਾਉਣਾ ਚਾਹੁੰਦੇ 14 ਤਰੀਕ ਨੂੰ ਦੁਬਾਰਾ ਫੇਰ ਇੱਕ ਵਾਰੀ ਇੱਥੇ ਬੁਲਾਇਆ ਜਦੋਂ ਮਰਜ਼ੀ ਬੁਲਾਉਣ ਜਿੱਥੇ ਮਰਜ਼ੀ ਬੁਲਾਉਣ ਅਸੀਂ ਤਿਆਰ ਹਾਂ।